Dio. Jio. Guru Vah, Guru Vah, Guru Vah. Purne band karke. ਬੰਧਨ ਅਨਕਵਾਰ ਹੱਥ ਜੋੜੋ ਸਾਰੇ ਬੋਲਿਆ ਕਰੋ ਇਹ ਸ਼ਬਦ ਡੰਡੋਤ ਬੰਧਨ ਅਨਕਵਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਅਗੰਮੀ ਬਾਣੀ ਦਾ ਆਪ ਜੀ ਨੇ ਭਾਈ ਸਾਹਿਬ ਕੋਲੋਂ ਕੀਰਤਨ ਸਰਵਣ ਕੀਤਾ ਭਾਗਾਂ ਵਾਲੇ ਨੇ ਜਿਹੜੇ ਕੀਰਤਨ ਹੁੰਦਾ ਅਤੇ ਕੀਰਤਨ ਨੂੰ ਸੁਣਦੇ ਆਖੋ ਵਾਹਿਗੁਰੂ ਕੀ ਕਿਹਾ ਕੀਰਤਨ ਹੁੰਦਾ ਅਤੇ ਕੀਰਤਨ ਨੂੰ ਸੁਣਦੇ ਬਹੁਤ ਘੱਟ ਲੋਕ ਨੇ ਗੁਰੂ ਕੇ ਸਿੱਖ ਜਿਹੜੇ ਚੌਂਕੜਾ ਮਾਰ ਕੇ ਅੰਦਰੋਂ ਜੁੜ ਕੇ ਗੁਰੂ ਦੀ ਬਾਣੀ ਨੂੰ ਸੁਣਦੇ ਉਹਦੀਆਂ ਕੁਛ ਨਿਸ਼ਾਨੀਆਂ ਨੇ ਆਖੋ ਵਾਹਿਗੁਰੂ ਜ
ਜਿਨ੍ਹਾਂ ਜਿਨ੍ਹਾਂ ਸੁਣਿਆ ਸੁਣਿਆ ਸਤ ਇਹ ਕੁਝ ਸਰਿੰਜ ਨਾਲ ਅੰਦਰ ਨਹੀਂ ਭੇਜਣਾ ਪੈਂਦਾ, ਅੰਦਰੋਂ ਪੈਦਾ ਹੋ ਜਾਂਦਾ। ਸਤ ਵੀ ਸੰਤੋਖ ਵੀ ਅਤੇ ਗਿਆਨ ਵੀ। ਸਮਝ ਲਿਆ ਜੀ ਇੱਥੋਂ ਤੱਕ ਵੀ ਜਿਹੜੇ ਜਿਹੜੇ ਸੁਣਦੇ ਨੇ ਉਹਨਾਂ ਦੇ ਅੰਦਰੇ ਚੀਜ਼ਾਂ ਪੈਦਾ ਹੋ ਜਾਂਦੀਆਂ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੱਠ ਸੱਠ ਕਾ, ਇੰਨੀ ਤਾਜ਼ਗੀ ਉਹਨਾਂ ਦੇ ਜੀਵਨ ਵਿੱਚ ਰਹਿੰਦੀ ਵੀ ਜੇ ਕੋਈ ਅੱਠਾਂ ਅੱਠਾਂ ਤੀਰਥਾਂ ਦਾ ਕਿਸੇ ਨੇ ਇਸ਼ਨਾਨ ਕੀਤਾ ਹੋਵੇ। ਸੁਣਿਆ ਕਰੋ ਗੁਰੂ ਸਿੱਖੋ, ਸੁਣਿਆ ਪੜ੍ਹ ਪੜ੍ਹ ਪਾਵੇ ਜੇ ਸੁਣੀਏ ਧਿਆਨ ਨਾਲ। ਅਤੇ ਜਿਹੜੇ ਸਹਿਜ ਨੂੰ ਲੋਕ ਤੜਫਦੇ ਫਿਰਦੇ ਨੇ, ਲੱਭਦੇ ਫਿਰਦੇ ਨੇ, ਜਿਹੜੀ ਅਵਸਥਾ ਸਹਿਜ ਹੈ ਇਹ ਗੁਰਮਤਿ ਵਿੱਚ ਚੌਥੀ ਅਵਸਥਾ ਨੂੰ ਆਖਿਆ। ਆਖੋ ਵਾਹਿਗੁਰੂ ਕਿਨੂੰ ਜੀ? ਚੌਥੀ ਅਵਸਥਾ ਨੂੰ ਤੁਰੀਆ ਵੀ ਕਿਹਾ ਹੈ। ਤੀਨ ਵਿਆਪੇ ਜਗਤ ਕੋ, ਬੋਲਿਆ ਕਰੋ ਕੁਛ ਨਵੇਂ ਸ਼ਬਦ ਹੁੰਦੇ ਨੇ ਰਸਨਾ 'ਤੇ ਲਿਆਇਆ ਕਰੋ। ਕਦੀ ਕਿਤੇ ਗੁਰੂ ਰਾਮਦਾਸ ਅੰਦਰੋਂ ਸਮਝਾਓ ਵੀ ਇਹ ਗੱਲਾਂ, ਅੱਲੇ ਸੁਣ ਲਓ। ਤੀਨ ਵਿਆਪੇ ਜਗਤ ਕੋ, ਸਾਰੇ ਜਗਤ ਨੂੰ ਤਿੰਨ ਵਿਆਪੀਆਂ ਨੇ। ਤੁਰੀਆ ਪਾਵੇ ਕੋਏ, ਕੋਈ ਕਿਤੇ ਸੰਸਾਰ 'ਚ ਰੂਹ ਹੁੰਦੀ ਜਿਹਨੂੰ ਤੁਰੀਆ ਅਵਸਥਾ ਦੀ ਪ੍ਰਾਪਤੀ ਹੁੰਦੀ, ਉਹਨੂੰ ਚੌਥਾ ਪਦ ਵੀ ਕਹਿੰਦੇ, ਉਹਨੂੰ ਸਹਿਜ ਵੀ ਕਹਿੰਦੇ। ਆਖੋ ਵਾਹਿਗੁਰੂ। ਮੇਰਾ ਸਾਹਿਬ ਕਹਿੰਦਾ ਜੇ ਸਾਨੂੰ ਸੁਣਨਾ ਆ ਜਾਏ, ਕਥਾ ਸੁਣਨੀ ਆ ਜਾਏ, ਕੀਰਤਨ ਸੁਣਨਾ ਆ ਜਾਏ ਅਤੇ ਸੁਣਿਆ ਲਾਗੇ ਸਹਿਜ ਵਿੱਚ ਧਿਆਨ ਟਿਕ ਜਾਂਦਾ ਹੈ ਅਤੇ ਸਹਿਜ ਦੀ ਪ੍ਰਾਪਤੀ ਹੋ ਜਾਂਦੀ। ਨਾਨਕ ਭਗਤਾਂ ਸਦਾ ਵਿਕਾਸ। ਇੱਕ ਸੁਣਨ ਵਾਲੇ ਦੀ ਵੱਡੀ ਨਿਸ਼ਾਨੀ ਦੱਸੀ ਸਾਹਿਬ ਨੇ, ਜਿਹੜਾ ਸੁਣਨ ਲੱਗ ਪਿਆ ਉਹਨੂੰ 24 ਘੰਟੇ ਦਾ ਖੇੜਾ ਹੈ, 1 ਮਿੰਟ ਦਾ ਖੇੜਾ ਨਹੀਂ। ਆਖੋ ਵਾਹਿਗੁਰੂ। ਪਕੜ ਰਹੇ ਹੋ ਕਿ ਨਹੀਂ? ਪਕੜ 'ਚ ਆ ਗਿਆ। ਖੇੜਾ 1 ਮਿੰਟ ਦਾ ਨਹੀਂ, 2 ਮਿੰਟ ਦਾ ਨਹੀਂ, ਸਦਾ ਦਾ। ਇੰਗਲਿਸ਼ ਵਿੱਚ ਆਲਵੇਜ਼ ਕਹਿੰਦੇ ਹੋ ਤੁਸੀਂ। 24 ਘੰਟੇ ਉੱਠਦਿਆਂ ਬਹਿੰਦਿਆਂ ਸੌਂਦਿਆਂ ਉਸ ਇਨਸਾਨ ਨੂੰ ਖੇੜਾ ਹੀ ਖੇੜਾ ਰਹਿੰਦਾ ਹੈ, ਖਿੜਿਆ ਹੀ ਖਿੜਿਆ ਰਹਿੰਦਾ। ਵਿਗਾਸ ਬਣੇ ਖੇੜਾ, ਇੱਕ ਵਾਰ ਬੋਲੋ ਵਿਗਾਸ ਬਣੇ। ਨਾਨਕ ਭਗਤਾਂ ਸਦਾ, ਅਤੇ ਜਿਹੜੇ ਸੁਣਨ ਲੱਗ ਪੈਂਦੇ ਸੁਣਿਆ ਦੁੱਖ ਪਾਪ ਕਾ, ਉਹਨਾਂ ਦੀ ਜ਼ਿੰਦਗੀ ਵਿੱਚੋਂ ਦੁੱਖਾਂ ਦਾ ਪਾਪਾਂ ਦਾ ਕੀ ਹੋ ਜਾਂਦਾ ਹੈ? ਨਾਸ਼ ਹੋ ਜਾਂਦਾ ਹੈ। ਮਾਰੋ ਚੌਂਕੜੇ, ਮੂੰਹ ਤੋਂ ਕਿਹੋ ਅਤੇ ਕੰਨਾਂ ਤੋਂ ਸੁਣਿਓ, ਵਾਹਿਗੁਰੂ 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 ਹਾਂ ਹਾਂ ਬਾਪੂ ਖੁਸ਼ ਹੋ ਰਿਹਾ। ਕੋਸ਼ਿਸ਼ ਕਰੋ ਜੋ ਕਹਿ ਰਹੇ ਨੂੰ ਸੁਣੋ, ਸਮਾਧੀ ਲੱਗ ਜੂਗੀ। ਵਾਹਿਗੁਰੂ 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 ਵਾਹਿਗੁਰੂ।
ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਵਾਹਿਗੁਰੂ ਵਾਹਿਗੁਰੂ ਜੀ। ਜਪੋ ਜਪੋ ਜਪੋ, ਖਿਲਰੇ ਹੋ ਨਾ, ਖਿੰਡੇ ਹੋ ਨਾ ਅੰਦਰੋਂ। ਅਰਦਾਸ ਕਰੋ ਜ਼ਿੰਦਗੀ ਲੰਘ ਜਾਏ ਤਰ੍ਹਾਂ। ਵਾਹਿਗੁਰੂ ਵਾਹਿਗੁਰੂ ਕਹਿੰਦੇ ਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧਿਆਨ ਦਿਓ, ਜਿਹੜਾ ਤੁਹਾਡੇ ਪਿੰਡਾਂ ਕੋਲ ਡੇਰਾ ਬਾਬਾ ਨਾਨਕ ਆ, ਦਰਸ਼ਨ ਕੀਤੇ ਕਦੀ? ਗਏ ਹੋ? ਥੱਲੇ ਖੂਹ ਵੇਖਿਆ? ਗੁਰਦੁਆਰਾ ਸਾਹਿਬ ਦੇ ਥੱਲੇ ਖੂਹ ਆ ਇੱਕ, ਅਜਿੱਤੇ ਰੰਧਾਵੇ ਦਾ। ਕੀ ਨਾਮ ਲਿਆ? ਅਜਿੱਤਾ ਰੰਧਾਵਾ ਨਾਮ ਦਾ ਜ਼ਿਮੀਂਦਾਰ ਸੀ। ਇੰਨੀ ਕੁ ਪੂਰਨ ਤਪੱਸਿਆ ਸੀ ਪਿਛਲੇ ਜਨਮ ਦੀ। ਮੇਰਾ ਬਾਬਾ ਕਰਤਾਰਪੁਰ ਤੋਂ ਰੋਜ਼ ਤੁਰ ਕੇ, ਗੁਰੂ ਨਾਨਕ ਸਾਹਿਬ ਦੀਨ ਦੁਨੀਆ ਦਾ ਮਾਲਕ, ਰੋਜ਼ ਤੁਰ ਕੇ ਅਤੇ 6 ਮਹੀਨੇ ਲਗਾਤਾਰ ਅਜਿੱਤੇ ਦੇ ਨਾਲ ਗੋਸ਼ਟ ਕਰਨ ਆਉਂਦਾ ਰਿਹਾ। ਮੇਰਾ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ, ਸਾਰੀ ਜਪਜੀ ਸਾਹਿਬ ਦੀ ਉਹਨੂੰ ਕਥਾ ਸੁਣਾਈ। ਆਖੋ ਵਾਹਿਗੁਰੂ ਕਿਹਨੂੰ? ਅਜਿੱਤੇ ਰੰਧਾਵੇ ਨੂੰ। ਅਤੇ ਜਿੱਦਣ ਇੱਥੇ ਆਈ ਸਰਕਾਰ, ਵੀ ਜਿੰਨੀ ਨਾਮ 'ਤੇ ਆਇਆ, ਬੋਲੋ ਹਾਂ, ਗਏ ਨਾਨਕ ਕੇਤੀ ਛੁੱਟੀ ਨਾਲ, ਅਤੇ ਸਰਕਾਰ ਨੂੰ ਅਜਿੱਤਾ ਪੁੱਛਦਾ, ਸਾਹਿਬਾ ਨਾਮ ਕੀ? ਅਤੇ ਸਾਹਿਬ ਕਹਿੰਦੇ ਵਾਹਿਗੁਰੂ। ਜਿਹੜੇ ਜਪਣਗੇ ਮਹਾਰਾਜ ਨੂੰ ਕੀ ਮਿਲੂ? ਆਖੋ ਵਾਹਿਗੁਰੂ। ਅਤੇ ਸਾਹਿਬ ਗੁਰੂ ਨਾਨਕ ਸਾਹਿਬ ਨੇ ਜਨਮ ਸਾਖੀ 'ਚ ਪੜ੍ਹਿਓ, ਸਾਹਿਬ ਨੇ ਉੱਥੇ ਲਿਖਿਆ ਵੀ ਅਜਿੱਤਿਆ ਇਕੱਲਾ ਤੂੰ ਨਹੀਂ, ਇਸ ਸ੍ਰਿਸ਼ਟੀ ਨੂੰ ਇੱਕਦਮ ਰਾਹ ਨਹੀਂ ਲੱਭੂਗਾ ਦੁਨੀਆਂ ਨੂੰ ਵੀ ਕਿੱਧਰ ਜਾਈਏ। ਅੱਜ ਵੀ ਲੋਕ ਕੀ ਕਹਿੰਦੇ? ਭਾਅ ਜੀ ਕਿੱਧਰ ਨੂੰ ਜਾਈਏ? ਕੋਈ ਕਹਿੰਦੇ ਹੋ ਕਿ ਨਹੀਂ? ਬੋਲੋ ਨਾ ਗੁਰੂ ਕਿਸੇ ਕੋ, ਵੀ ਕਿੱਧਰ ਜਾਈਏ? ਕੋਈ ਪੰਥਕ ਲੈਵਲ 'ਤੇ ਵੀ ਆਪਾਂ ਇਹੀ ਕਹਿਣ ਡੇ, ਅਤੇ ਦੁਨਿਆਵੀ ਆਪਣੇ ਨਿੱਜੀ ਜੀਵਨ ਲਾਈਫ ਵਿੱਚ ਵੀ ਆਪਾਂ ਕਹਿੰਦੇ ਕੋਈ ਰਾਹ ਹੀ ਨਹੀਂ ਲੱਭਦਾ। ਅਤੇ ਸਾਹਿਬ ਗੁਰੂ ਨਾਨਕ ਸਾਹਿਬ ਕਹਿੰਦੇ ਜਿੱਤਿਆ ਜਦੋਂ ਦੁਨੀਆਂ ਨੂੰ ਕੋਈ ਰਾਹ ਨਹੀਂ ਲੱਭੂਗਾ, ਅਤੇ ਉਸ ਦਿਨ ਫਿਰ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਨਹੀਂ, ਵਾਹਿਗੁਰੂ ਸਭ ਜਪੇਗੀ। ਬੋਲੋ, ਸਾਰੀ ਕਾਇਨਾਤ ਵਾਹਿਗੁਰੂ ਜਪੂਗੀ। ਮਹਾਰਾਜ ਉਦੋਂ ਕਿਤਨਾ ਪਤਾ ਲੱਗੂ?
ਜਿੱਥੇ ਸਿੱਖ ਵਾਹਿਗੁਰੂ ਜਪਣ ਡਿਆ ਹੋਊਗਾ, ਦੇਖਣੇ ਆਵੇ ਆਪ, ਨਹੀਂ ਭੈਣ ਪਤਾ ਲੱਗਾ, ਦੇਖਣ ਆਵੇ ਮੇਰਾ ਜਗਤ ਗੁਰੂ ਨਾਨਕ ਸਾਹਿਬ, ਉਹਦੇ ਕੋਲ ਆਣ ਕੇ ਮੂੰਹ ਵੱਲ ਵੇਖੂਗਾ ਵੀ ਮੇਰਾ ਪੁੱਤ ਨਾਮ ਜਪਣ ਲੱਗ ਪਿਆ, ਹੁਣੇ ਡੁੱਬਦਾ ਨਹੀਂ ਤਰੂਗਾ, ਆਖੋ ਵਾਹਿਗੁਰੂ, ਹੁਣੇ ਤਰੂਗਾ। ਤੁਸੀਂ ਵਾਹਿਗੁਰੂ ਸ਼ਬਦ ਨੂੰ ਬਹੁਤ ਕੀਮਤੀ ਜਾਣ ਕੇ ਜਪਣਾ ਮੇਰੀਆਂ ਧੀਆਂ ਵੀਰਾਂ ਗੁਰਸਿੱਖਾਂ ਨੇ। ਵਾਹੋ ਵਾਹੋ ਕਰਤਿਆਂ ਸੁਖ ਰਹਿਣ ਵਿਹਾਏ, ਬੋਲੋ, ਖਿੰਡੇ ਤੇ ਨਹੀਂ ਹਾਜ਼ਰ ਹੋ ਨਾ, ਵਾਹਿਗੁਰੂ ਵਾਹਿਗੁਰੂ ਕਰਦਿਆਂ ਰਹਿਣ ਦਾ ਮਤਲਬ ਜ਼ਿੰਦਗੀ, ਰਹਿਣ ਦਾ ਮਤਲਬ ਇਹ ਜ਼ਿੰਦਗੀ ਇੱਕ ਰਾਤ ਆ, ਇੱਕ ਰਹਿਣ ਕੇ ਪਾਉਣ ਤੋਂ ਆਏ, ਗੁਰਬਾਣੀ ਚ ਲਿਖਿਆ ਵੀ ਇੱਕ ਰਾਤ ਦਾ ਤੂੰ ਇੱਥੇ ਪ੍ਰਾਹੁਣਾ ਆਇਆ, ਇਹਨੂੰ ਰਾਤ ਮੰਨੋ ਇਸ ਜ਼ਿੰਦਗੀ ਨੂੰ। ਮੇਰਾ ਬਾਬਾ ਗਰੰਟੀ ਦੇ ਰਿਹਾ, ਜੇ ਤੂੰ ਵਾਹਿਗੁਰੂ 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 ਜਪੇਗਾ ਤੇ ਤੇਰੀ ਰਾਤ ਬੜੀ ਸੁਖੀ ਲੰਘੂਗੀ। ਆਖੋ ਵਾਹਿਗੁਰੂ, ਉੱਚੀ ਬੋਲਿਆ ਕਰੋ। ਤੁਸੀਂ ਸੋਚਦੇ ਨੀ ਜਿੰਨੀ ਵਾਰ ਕਹਾਂਗੇ ਓਨਾ ਹੀ ਭਲਾ। ਵਾਹੋ ਵਾਹੋ ਕਰਤਿਆਂ ਸੁਖ ਰਹਿਣ ਵਿਹਾਏ, ਇਹ ਜ਼ਿੰਦਗੀ ਬੜੀ ਸੁਖੀ ਲੰਘੂਗੀ। ਤੇ ਸਰਕਾਰ ਨੇ ਇੱਕ ਵਚਨ ਕੀਤਾ, ਆਖੋ ਵਾਹਿਗੁਰੂ, ਕਾਹੂ ਬਹਾਵੇ, ਕੋਈ ਜ਼ਿੰਦਗੀ ਬਤੀਤ ਇਸ ਤਰ੍ਹਾਂ ਕਰਦਾ ਹੈ, ਅਮਲੀ ਹੁਆ, ਕੋਈ ਕਿਸੇ ਤਰ੍ਹਾਂ ਦਾ ਅਮਲ ਕਰਕੇ ਉਹ ਵੀ ਜ਼ਿੰਦਗੀ ਕੱਢ ਹੀ ਜਾਂਦਾ ਹੈ। ਆਖੋ ਵਾਹਿਗੁਰੂ, ਕੀ ਕਰਕੇ? ਕੋਈ ਸ਼ਰਾਬ ਪੀਂਦਾ ਹੈ, ਕੋਈ ਮਾਸ ਖਾਂਦਾ ਹੈ, ਕੋਈ ਵਹਿਮ ਖਾਂਦਾ ਹੈ, ਕੋਈ ਭੰਗਾਂ ਖਾਂਦਾ ਹੈ, ਇਸ ਤਰ੍ਹਾਂ ਦੇ ਅਮਲ ਕਰਕੇ ਵੀ ਡੁੱਬ ਕੇ ਲੋਕੀ ਜ਼ਿੰਦਗੀ 'ਚ ਬਤੀਤ ਕਰ ਹੀ ਜਾਂਦੇ ਨੇ। ਕਾਹੂ ਬਹਾਵੇ ਅਮਲੀ ਹੁਆ, ਸਰਕਾਰ ਕਹਿੰਦੇ ਕਾਹੂ ਬਹਾਵੇ ਖੇਲਤ ਜੂਆ, ਬੋਲੋ ਭਲਾ, ਕਰੋੜਾਂ ਲੋਕ ਨੇ ਜਿਹੜੇ ਜੂਆ ਖੇਡਦੇ। ਆਖੋ ਵਾਹਿਗੁਰੂ, ਸੰਤ ਬਹਾਵੇ, ਜਿਹੜਾ ਸੰਤ ਆ, ਸੰਤ ਕਿਸ ਤਰ੍ਹਾਂ ਜ਼ਿੰਦਗੀ ਬਤੀਤ ਕਰਦਾ ਹੈ? ਤੁਸੀਂ ਸੰਤ ਹੋ, ਗੁਰੂ ਕੇ ਸਿੱਖ ਆ, ਤੁਹਾਨੂੰ ਸੰਤ ਆਖਿਆ ਗੁਰਬਾਣੀ ਚ, ਗੁਰਬਾਣੀ ਚ ਕਈ ਥਾਈ ਗੁਰੂ ਨਾਨਕ ਸਾਹਿਬ ਨੇ ਸਿੱਖਾਂ ਲਈ ਸ਼ਬਦ ਕੀ ਵਰਤਿਆ? ਸੰਤ ਸ਼ਬਦ ਵਰਤਿਆ। ਆਵੋ ਸੰਤ ਪਿਆਰਿਓ, ਅਕਥ ਕੀ ਕਰੇ ਕਹਾਣੀ, ਸੰਤ ਸ਼ਬਦ ਨਾਲ ਆਪਣੇ ਸਿੱਖ ਨੂੰ, ਉਹ ਗੁਰ ਕੇ ਸਿੱਖ ਤੇ ਮੇਰੇ ਭਾਈ, ਸੰਤ ਸ਼ਬਦ ਕਹਿ ਕੇ ਤੁਹਾਨੂੰ ਪੁਕਾਰਿਆ, ਮਗਰ ਹੁਣ ਸਾਡੀ ਜ਼ਿੰਦਗੀ ਕਿਸ ਤਰ੍ਹਾਂ ਬਤੀਤ ਹੋਵੇ? ਸੰਤ ਬਿਹਾਵੇ ਹਰ ਜਸ ਗਾਵਤ, ਸੰਤ ਬਿਹਾਵੇ, ਵਾਹਿਗੁਰੂ 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 ਵਾਹਿਗੁਰੂ, ਚੜ੍ਹਦੀ ਕਲਾ ਚ ਰਹੋ, ਵਾਹਿਗੁਰੂ 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 ਵਾਹਿਗੁਰੂ, ਮੂੰਹ ਤੋਂ ਕਹੋ, ਕੰਨਾਂ ਤੋਂ ਸੁਣੋ, ਆਪ ਕਥੈ ਆਪ ਸੁਣਨੇ ਹਾਰ, ਵਾਹਿਗੁਰੂ 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 ਵਾਹਿਗੁਰੂ।
ਸਤਨਾਮ ਸ੍ਰੀ ਵਾਹਿ ਭਾਈ ਸਾਹਿਬ ਨੇ ਸ਼ਬਦ ਪੜ੍ਹਿਆ ਦੀਨ ਵਸਾਰੇ ਉਹਰੇ ਦੀਵਾਨੇ ਦੀਨ ਦੀਨ ਦੇ ਅਕਰੀ ਅਰਥ ਆਉਂਦੇ ਮਰਿਆਦਾ ਦੀਨ ਗਵਾਇਆ ਦੁਨੀ ਸਿਉ ਦੁਨੀਆਂ ਪਿੱਛੇ ਲੱਗ ਕੇ ਮਰਿਆਦਾ ਹੀ ਗਵਾਤੀ ਇਹ ਕਿਸੇ ਨੇ ਨਹੀਂ ਗਵਾਈ ਗੁਰੂ ਕਿਆ ਸਿੱਖਾ ਆਪਣੇ ਤੇ ਵੀ ਕਸਵੱਟੀ ਲਾ ਕੇ ਵੇਖ ਮੈਂ ਕਿੰਨਾ ਕੁ ਮਰਿਆਦਾ ਚ ਜੀਣਾ ਦੀਨ ਗਵਾਇਆ ਤੇ ਦੁਨੀ ਨਾ ਚਾਲੀ ਸਾਰੀ ਧੀ ਦਾ ਵਿਆਹ ਕੀਤਾ ਦੁਨੀਆਂ ਕੀ ਕਹੂਗੀ ਅੱਜ ਕਿਸੇ ਦੇ ਵਿਆਹ ਦਾ ਜ਼ਿਕਰ ਮੈਂ ਸਿੰਘ ਨਾ ਕਰ ਰਿਹਾ ਸਾਂ ਆਖੋ ਵਾਹਿਗੁਰੂ ਮੈਂ ਕਿਹਾ ਉਹਨਾਂ ਤੇ ਦਮਾਲੇ ਸਜਾਏ ਸੀ ਉਹਨਾਂ ਵੀ ਭੰਗੜੇ ਪਾਏ ਉਹਨਾਂ ਵੀ ਸਭ ਕੁਛ ਕੀਤਾ ਤੇ ਇਹਨੇ ਬੜੀ ਕੀਮਤੀ ਗੱਲ ਕੀਤੀ ਮੈਂ ਐਪਰੀਸ਼ੀਏਟ ਇਹਨੂੰ ਕੀਤਾ ਕਹਿੰਦਾ ਉਹ ਇਹੋ ਜਿਹੀਆਂ ਵੀਡੀਆਂ ਆਉਣ ਵਾਲੀ ਨਸਲ ਨੂੰ ਦੇ ਚੱਲੇ ਨੇ ਪਕੜ ਰਹੇ ਹੋ ਜੀ ਜਿਹੜੀਆਂ ਵੀਡੀਓ ਬਣ ਗਈਆਂ ਨੇ ਉਹ ਨਸਲ ਦੇ ਕੋਲ ਸੇਵ ਨੇ ਤੇ ਆਉਣ ਵਾਲੀ ਨਸਲ ਕੇਸਕੀਆਂ ਵੀ ਬੰਨੂਗੀ ਤੇ ਕੀ ਕਰੂ ਭੰਗੜੇ ਵੀ ਪਾਊ ਵੀ ਸਾਡੇ ਵੱਡੇ ਵਡੇਰੇ ਵੀ ਪਾਉਂਦੇ ਸੀ ਸਿੱਖਾ ਰੀਏ ਲੀਏ ਲੀਏ ਗਾਡੀ ਚੱਲਣ ਗੁਰਸਿੱਖ ਗਾਡੀ ਰਾਹ ਚੱਲਣ ਦਾ ਤੇਰੇ ਵੱਡਿਆਂ ਨੇ ਭੰਗੜੇ ਨਹੀਂ ਸੀ ਪਾਏ ਆਖੋ ਵਾਹਿਗੁਰੂ ਤੇਰੇ ਵੱਡੇ ਵਡੇਰਿਆਂ ਦੇ ਵੀ ਵਿਆਹ ਹੋਏ ਬੀਬੀ ਵੀਰੋ ਦਾ ਵਿਆਹ ਹੋਇਆ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਧੀ ਤੋਰੀ ਆਖੋ ਵਾਹਿਗੁਰੂ ਤੇ ਪਤਾ ਕਿੰਨਾ ਦੀ ਡਿਊਟੀ ਲਾਈ ਬਾਬਾ ਬੁੱਢਾ ਸਾਹਿਬ ਦੀ ਵੀ ਬਾਬਾ ਜੀ ਅੰਮ੍ਰਿਤਸਰ ਸਾਹਿਬ ਦੀ ਜੰਗ ਸ਼ੁਰੂ ਹੋ ਗਈ ਪਹਿਲੀ ਜੰਗ ਲੋਹਗੜ੍ਹ ਦੀ ਆਖੋ ਵਾਹਿਗੁਰੂ ਤੇ ਤੁਸੀਂ ਧੀ ਰਾਣੀ ਨੂੰ ਬੀਬੀ ਵੀਰੋ ਨੂੰ ਚਬਾਲ ਪਿੰਡ ਲੈ ਜਾਓ ਸੁਣਿਆ ਜੇ ਸ਼ਾਬਾਸ਼ ਅੰਮ੍ਰਿਤਸਰ ਦੇ ਜਿਹੜੇ ਉਹਨਾਂ ਨੂੰ ਪਤਾ ਚਬਾਲ ਪਿੰਡ ਲੈ ਜਾਓ ਤੇ ਉੱਥੇ ਬੀਬੀ ਵੀਰੋ ਦਾ ਤੁਸੀਂ ਭਾਈ ਜੇਠਾ ਜੀ ਭਾਈ ਵਿਧੀ ਚੰਦ ਜੀ ਜਿੰਨੇ ਪਤਵੰਤੇ ਗੁਰਸਿੱਖ ਜੇ ਜਾ ਕੇ ਬੀਬੀ ਦਾ ਗੁਰਮਰਿਆਦਾ ਦੇ ਨਾਲ ਆਨੰਦ ਪੜੋ ਬੀਬੀ ਦਾ ਆਨੰਦ ਪੜਿਆ ਗਿਆ ਬੀਬੀ ਵੀਰੋ ਦਾ ਆਖੋ ਵਾਹਿਗੁਰੂ ਆਨੰਦ ਪੜ ਕੇ ਤੇ ਡੋਲੀ ਚ ਬਾਤੀ ਬੀਬੀ ਵੀਰੋ ਨੂੰ ਡੋਲੀ ਚ ਬਾਤਾ ਬਾਬਾ ਬੁੱਢਾ ਸਾਹਿਬ ਨੇ ਗਲ ਨਾ ਲਾਇਆ ਤੇ ਗਲ ਨਾ ਲੱਗ ਕੇ ਬੀਬੀ ਵੀਰੋ ਨੇ ਦੋ ਅੱਥਰੂ ਸੁੱਟੇ ਵੇਖੋ ਸਾਡਾ ਇਹ ਮਰਿਆਦਾ ਹੁੰਦੀ ਸੀ ਕਦੀ ਪਤਾ ਜੇ ਕਿ ਨਹੀਂ ਬੱਚੀਆਂ ਬੱਚੀਆਂ ਡੋਲੀ ਚ ਬਹਿਣ ਲੱਗੀਆਂ ਕਿੰਨੀਆਂ ਰੋਂਦੀਆਂ ਹੁੰਦੀਆਂ ਸੀ ਅੱਥਰੂ ਸੁੱਟੇ ਤੇ ਬਾਬਾ ਬੁੱਢਾ ਸਾਹਿਬ ਨੇ ਸਿਰ ਤੇ ਹੱਥ ਰੱਖਿਆ ਧੀਏ ਉਹ ਤੇ ਜੰਗ ਵਿੱਚ ਮਸਰੂਮ ਨੇ ਪਿਤਾ ਤੁਹਾਡੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਤੇ ਅਥਰੂ ਕਿਉਂ ਆਏ ਤੇ ਬੀਬੀ ਵੀਰੋ ਨੇ ਆਖੋ ਵਾਹਿਗੁਰੂ ਇਹ ਮਰਿਆਦਾ ਦੀ ਗੱਲ ਕਰ ਰਹੇ ਹਾਂ ਬੀਬੀ ਵੀਰੋ ਨੇ ਆਖਿਆ ਬਾਬਾ ਜੀ ਵਿਰਾਗ ਕਿਸੇ ਹੋਰ ਗੱਲ ਦਾ ਨਹੀਂ ਮਾੜੀ ਤੋਂ ਮਾੜੀ ਧੀ ਨੂੰ ਵੀ ਡੋਲੀ ਚ ਉਹਦਾ ਪਿਓ ਬਾਉਂਦਾ ਹੈ ਤੇ ਮੇਰਾ ਬਾਪ ਅੱਜ ਮੇਰੇ ਕੋਲ ਹਾਜ਼ਰ ਨਹੀਂ ਇਸ ਗੱਲ ਦਾ ਵਿਰਾਗ ਆ ਗਿਆ ਪਿਆਰ ਤੇ ਤੁਸੀਂ ਵੀ ਬਥੇਰਾ ਦਿੱਤਾ ਹੈ ਬੜੀ ਖੁਸ਼ੀ ਨਾਲ ਬੜੀ ਮਰਿਆਦਾ ਨਾਲ ਮੇਰਾ ਆਨੰਦ ਪੜਤਾ ਇੱਧਰੋਂ ਪਰਦੇ ਬੰਦ ਹੋ ਗਏ ਆਖੋ ਵਾਹਿਗੁਰੂ
ਤੇ ਡੋਲੀ ਚ ਬੀਬੀ ਵੀਰੋ ਬਹਿ ਗਈ ਤੇ ਚਾਰ ਕ ਏਕੜ ਅਜੇ ਡੋਲੀ ਗਈ ਤੇ ਕਿਸੇ ਨੇ ਇਸ਼ਾਰਾ ਕੀਤਾ ਡੋਲੀ ਰੱਖ ਦਿਓ। ਸੁਣ ਰਹੇ ਹੋ ਧਿਆਨ ਨਾਲ, ਡੋਲੀ ਰੱਖ ਦਿਓ। ਡੋਲੀ ਰੱਖਤੀ, ਬੀਬਾ ਵੀਰੋ ਭੈਣ ਮਾਤਾ ਵੀਰੋ ਉਹਨਾਂ ਨੂੰ ਪੁੱਛਦੀ ਕਹਾਰਾਂ ਨੂੰ ਵੀ ਡੋਲੀ ਕਿਉਂ ਰੱਖੀ ਜੇ, ਤੇ ਕਹਾਰ ਚੁੱਪ ਨੇ। ਇਤਰਾਂ ਆਪ ਕੱਪੜਾ ਚੁੱਕਦੀ ਤੇ ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਖਲੋਤੇ, ਘੋੜੇ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਖਲੋਤੇ, ਛਾਲ ਮਾਰੀ ਆਣ ਕੇ ਬੀਬੀ ਵੀਰੋ ਨੂੰ ਗਲ ਨਾ ਲਾ ਲਿਆ, ਆਖੋ ਵਾਹਿਗੁਰੂ, ਗਲ ਨਾ ਲਾ ਕੇ ਸਿਰ ਤੇ ਹੱਥ ਰੱਖ ਕੇ ਆਖਿਆ ਧੀਏ ਵਿਰਾਗ ਕੀਤਾ ਸੀ ਤੇ ਮੈਂ ਸੁਧਾਸਰ, ਅੰਮ੍ਰਿਤਸਰ ਸਾਹਿਬ ਨੂੰ ਕਹਿੰਦੇ ਸੁਧਾਸਰ, ਇਤਿਹਾਸ ਵਿੱਚ ਪੜੋਗੇ ਨਾ ਸੂਰਜ ਪ੍ਰਕਾਸ਼, ਸੁਧਾ ਮਣੇ ਅੰਮ੍ਰਿਤ ਹੁੰਦਾ, ਸੁਧਾ ਸਵਈਏ ਵੀ ਆਪਾਂ ਕਹਿੰਦੇ, ਜਿਹੜੇ ਅੰਮ੍ਰਿਤ ਸਵਈਏ ਉਹਨਾਂ ਨੂੰ ਸੁਧਾ ਸਵਈਏ ਵੀ ਕਹਿੰਦੇ। ਮੈਂ ਸੁਧਾਸਰ ਤੋਂ ਆਪਣੀ ਧੀ ਦੇ ਸਿਰ ਤੇ ਹੱਥ ਰੱਖਣੀ ਆਇਆ, ਦੱਸ ਧੀਏ ਤੇ ਆ ਸੁਣਿਓ ਹੁਣ ਮਰਿਆਦਾ ਜਿਹੜੀ, ਦੱਸ ਧੀਏ ਤੈਨੂੰ ਘੋੜੇ ਦਾਂ ਦਾਜ ਵਿੱਚ, ਆਖੋ ਵਾਹਿਗੁਰੂ, ਘੋੜੇ ਦਾਂ, ਮੱਝਾਂ ਦਾਂ, ਦੌਲਤਾਂ ਦਾਂ, ਅਸੀਂ ਤਾਂ ਸਭ ਕੁਝ ਡਾਤਾ ਹੈ ਨਾ। ਤੇ ਬੀਬੀ ਵੀਰੋ ਨੇ ਇਤਰਾਂ ਝੋਲੀ ਕਰਕੇ ਚੁੰਨੀ ਦੀ ਆਖਿਆ, ਨਾ ਨਾ ਘੋੜੇ ਚਾਹੀਦੇ, ਬਾਪ ਨੇ ਹੱਥ ਸਿਰ ਤੇ ਰੱਖਤਾ ਪਿੱਛੇ ਕੀ ਰਹਿ ਗਿਆ, ਘੋੜੇ ਨਹੀਂ ਚਾਹੀਦੇ, ਮੱਝਾਂ ਨਹੀਂ ਚਾਹੀਦੀਆਂ। ਧੀਏ ਮੰਨਿਆ ਦੁਨਿਆਵੀ ਗੁਰੂ ਹਾਂ ਮੈਂ, ਦੁਨੀਆਂ ਦਾ ਦੀਨ, ਦੁਨੀਆਂ ਦਾ ਗੁਰੂ ਦੀ ਗੱਦੀ ਤੇ ਬੈਠਾ, ਮਗਰ ਇੱਕ ਬਾਪ ਵੀ ਹਾਂ, ਦੱਸ ਤੈਨੂੰ ਕੀ ਦਾਂ। ਮੰਨਿਆ ਜੇ ਨਾ ਵੀ ਤੁਸੀਂ ਸਤਿਗੁਰੂ ਜੇ, ਤੇ ਫਿਰ ਸਤਿਗੁਰੂ ਕੋਲੋਂ ਘੋੜੀਆਂ ਤੇ ਮੱਝਾਂ ਨਹੀਂ ਮੈਂ ਮੰਗਣੀਆਂ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਅੱਗੇ ਧੀਆਂ ਇਹ ਮੰਗਦੀਆਂ ਸੀ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ, ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ। ਜੇ ਝੋਲੀ ਚ ਪਾਉਣਾ ਹੈ ਨਾ ਤੇ ਨਾਮ ਦਾ ਧਨ ਪਾ ਦੋ। ਗੱਲ ਨਾ ਲਾ ਲਿਆ ਗੁਰੂ ਹਰਗੋਬਿੰਦ ਸਾਹਿਬ ਨੇ, ਆਖੋ ਵਾਹਿਗੁਰੂ, ਤੇ ਆਖਿਆ ਧੀਏ ਤੂੰ ਬਾਪ ਕੋਲੋਂ ਰੱਬ ਦੀ ਇਬਾਦਤ ਮੰਗੀ ਆ, ਜਾ ਤੇਰਾ ਬੜਾ ਪ੍ਰਤਾਪ ਹੋਊਗਾ ਧਰਤੀ ਦੇ ਉੱਤੇ, ਤੇਰੀ ਕੁੱਖੋਂ ਬੜੇ ਬੜੇ ਸੂਰਮੇ ਪੈਦਾ ਹੋਣਗੇ। ਪਾਉਂਟਾ ਸਾਹਿਬ ਦੀ ਜੰਗ ਵਿੱਚ ਜਿਹੜੇ ਸੂਰਮੇ ਗੁਰੂ ਗੋਬਿੰਦ ਸਿੰਘ ਨਾਲ ਲੜੇ ਨੇ ਨਾ, ਗੁਰੂ ਗੋਬਿੰਦ ਸਿੰਘ ਦੇ ਪੱਖੋਂ ਹੋ ਕੇ ਲੜੇ ਨੇ, ਸੰਗੋ ਸ਼ਾਹ, ਅਜੀਤ ਮੱਲ, ਇਹ ਬੀਬੀ ਵੀਰੋ ਦੇ ਪੁੱਤਰ ਸੀ, ਗੁਰੂ ਸਾਹਿਬ ਦੀ ਭੂਆ ਦੇ ਪੁੱਤਰ ਸੀ। ਆਖੋ ਵਾਹਿਗੁਰੂ, ਮਰਿਆਦਾ ਨਾ ਗਵਾਈਏ, ਮੇਰੀ ਹੱਥ ਜੋੜ ਕੇ ਬੇਨਤੀ ਆ, ਆਪੋ ਆਪਣੇ ਘਰ ਚ ਚੇਤਾ ਕਰੋ, ਗੁਰੂ ਕਾ ਸਿੱਖ ਮਰਿਆਦਾ ਨਾ ਗਵਾਵੇ, ਸਿੱਖਿਆ ਤੇ ਸਿੱਖੀ ਵਾਂਗੂ ਵਿਆਹ ਕਰੇ, ਸਿੱਖੀ ਵਾਂਗੂ ਪੁੱਤ ਦਾ ਜਨਮ ਦਿਨ ਮਨਾਵੇ। ਆਖੋ ਵਾਹਿਗੁਰੂ, ਗੁਰਦੁਆਰੇ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਲਿਆਵੇ, ਨਿੱਕੇ ਜੇ ਪਚੰਗੀ ਨੂੰ ਲਿਆ ਕੇ ਅਰਦਾਸ ਕਰਾਵੇ ਤੇ ਭਾਈ ਸਾਹਿਬ ਇਹ ਸ਼ਬਦ ਪੜੇ, ਪੁੱਤਾ ਗਵਾਚੇ ਹੋਟਲਾਂ ਵਿੱਚ ਤੇ ਅੱਗੇ ਵੀ ਦੁਨੀਆਂ ਬੜੀ ਗਵਾਚੀ, ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਤੇ ਅੱਜ ਇਹਨਾਂ ਸ਼ਬਦ ਪੀੜਾਂ ਬੱਚਿਆਂ ਨੇ ਪੜਿਆ, ਗੁਰਸਿੱਖਾਂ ਨੇ, ਰਾਗੀ ਸਾਹਿਬਾਂ ਨੇ, ਵੀ ਦੀਨ ਵਸਾਰਿਓ ਰੇ ਦੀਵਾਨੇ, ਦੀਨ ਵਸਾਰਿਓ ਆਪਣਾ, ਤੁਸੀਂ ਬੋਲੋ ਭੈਣੋ, ਧਰਮ ਹੀ ਗਵਾ ਲਿਆ, ਮਰਿਆਦਾ ਹੀ ਗਵਾ ਲਈ,
ਗਰੀਬ ਨੂੰ ਅੱਜ ਦਇਆ ਕਰੇ, ਇਹ ਸ਼ਬਦ ਕਹੇ ਹੋਏ ਗੁਰੂ ਦੇ ਸ਼ਬਦ ਜਾਣ ਕੇ ਇਹਨਾਂ ਨੂੰ ਆਪਾਂ ਹਿਰਦੇ ਵਿੱਚ ਸੁਣ ਉਪਦੇਸ਼ ਹਿਰਦੇ ਵਸਾਓ, ਬੋਲੋ। ਜਿਹੜਾ ਗੁਰੂ ਦਾ ਉਪਦੇਸ਼ ਸੁਣਿਆ ਜੇ ਇਹਨੂੰ ਜੇ ਹਿਰਦੇ ਚ ਵਸਾ ਲੋਗੇ ਤੇ ਮਨ ਇੱਛੇ ਨਾਨਕ ਫਲ ਪਾਵੋ, ਸਾਰੇ ਫਲ ਮਿਲਣਗੇ, ਝੋਲੀਆਂ ਭਰਨਗੀਆਂ ਜੇ ਤੁਸੀਂ ਗੁਰੂ ਦੀ ਗੱਲ ਨੂੰ ਸੁਣ ਕੇ ਆਪਣੇ ਹਿਰਦੇ ਚ ਵਸਾਓਗੇ। ਤੇ ਅਜਿੱਤੇ ਰੰਧਾਵੇ ਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਅਜਿੱਤਿਆ, ਵਾਹਿਗੁਰੂ ਸਭ ਜਪੇਗੀ, ਜਿੱਥੇ ਜਿੱਥੇ ਸੰਗਤ ਵੀ ਕੇ ਵਾਹਿਗੁਰੂ ਜਪੂਗੀ, ਦੇਖਣੇ ਆਵੇ ਆਪ, ਬੋਲੋ। ਹੁਣ ਆਪ ਹੀ ਵੇਖਣ ਡੈ ਇਹਨੇ ਵਿੱਚ ਬੈਠੇ, ਸਾਰਿਆਂ ਦੇ ਮੂੰਹ ਵੱਲ ਵੇਖਣ ਡੈ, ਸੂਖਸ਼ਮ ਮੂਰਚ ਰੂਪ ਵਿੱਚ ਇੱਕ ਇੱਕ ਧੀ ਦੇ ਸਿਰ ਤੇ ਖਲੋਤੇ ਨੇ, ਇੱਕ ਇੱਕ ਸਿੱਖ ਦੇ ਸਿਰ ਤੇ ਖਲੋਤੇ ਨੇ। ਜਦੋਂ ਸਿੱਖ ਕਹਿਣ ਡਿਆ ਵਾਹਿਗੁਰੂ ਵਾਹਿਗੁਰੂ, ਖੁੱਲ ਕੇ ਜੀ ਖੁੱਲ ਕੇ, ਥੋੜਾ ਜਿਹਾ ਹੋਰ ਹੋਰ ਐਨਰਜੀ ਲਾ ਦੋ। ਹਾਂ ਵਾਹਿਗੁਰੂ 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 ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਵਾਲਾ ਸ਼ਬਦ ਬਹੁ ਰੰਗ ਮਾਇਆ ਬਹੁ ਵਿਧ ਪੇਖੀ, ਕਲਮ ਕਾਗਦ ਸਿਆਣਪ ਲੇਖੀ, ਮਹਿਰ ਮਲੂਕ ਹੋਏ ਦੇਖਿਆ ਖਾਨ, ਤਾਂ ਤੇ ਨਾ ਹੀ ਮਨ ਤ੍ਰਿਪਤਾਨ। ਆ ਗਿਆ ਸ਼ਬਦ ਦੇ ਉੱਤੇ, ਦਰਸ਼ਨ ਕਰੋ ਸ਼ਬਦ ਦੇ, ਦਰਸ਼ਨ ਗੁਰੂ ਦੇ ਦਰਸ਼ਨ ਆ, ਨੇਤਰਾਂ ਨਾਲ ਕਰੋ ਇੱਕ ਵਾਰ ਦਰਸ਼ਨ। ਇਹਦੀ ਸ਼ਬਦ ਵਿੱਚ ਮਹਾਰਾਜ ਪਾਤਸ਼ਾਹ ਕਹਿੰਦੇ ਵੀ ਮਾਇਆ ਨੇ ਐਸਾ ਮੋਹਿਆ ਇਨਸਾਨ ਨੂੰ, ਤ੍ਰਿਪਤੀ ਨਹੀਂ ਮਿਲੀ, ਸ਼ਾਂਤੀ ਨਹੀਂ ਆਈ। ਕਲਮ ਚੁੱਕ ਕੇ ਕਾਗਜ਼ ਚੁੱਕ ਕੇ ਬੜੇ ਬੜੇ ਚੰਗੇ ਸਿਆਣਪ ਵਾਲੇ ਲੇਖ ਲਿਖਤੇ, ਮਗਰ ਮਨ ਨੂੰ ਸ਼ਾਂਤੀ ਨਹੀਂ ਆਈ। ਮਹਿਰ ਮਲੂਕ ਹੋਏ ਦੇਖਿਆ ਖਾਨ, ਬੜਾ ਵੱਡਾ ਖਾਨ ਸਿਕਦਾਰ ਚੌਧਰੀ ਬਣ ਕੇ ਵੇਖਿਆ, ਮਗਰ ਮਨ ਨੂੰ, ਅੱਗੇ ਲਿਖਿਆ ਹੈ ਨਾ ਪੜ੍ਹੋ ਨਾ, ਸੁਸਤ ਕਿਉਂ ਗਏ, ਤਾਂ ਤੇ ਨਾ ਹੀ ਮਨ ਨੂੰ ਤ੍ਰਿਪਤੀ ਨਹੀਂ ਆਈ। ਚੜੀ ਰਹਾਓ ਦੀ ਤੁਕਿਆ ਆਓ, ਕਿਸੇ ਗਹਿਰੇ ਰੰਗ ਵਿੱਚ ਉਤਰ ਕੇ ਬੇਨਤੀ ਤੁਸੀਂ ਵੀ ਕਰੋ, ਜੇ ਮਾਇਆ ਚ ਸ਼ਾਂਤੀ ਨਹੀਂ, ਇਹਨੇ ਸਾਰਿਆਂ ਨੂੰ ਮੋਹ ਲਿਆ ਹੈ, ਚੰਗੇ ਚੰਗੇ ਕਾਗਜ਼ਾਂ ਤੇ ਲਿਖਣ ਵਾਲੇ ਸਿਆਣਿਆਂ ਨੂੰ ਮਾਇਆ ਨੇ ਮੋਹ ਲਿਆ ਹੈ, ਮਹਿਰ ਮਲੂਕ ਖਾਨਾਂ ਨੂੰ ਖੋਹ ਲਿਆ ਹੈ, ਮੋਹ ਲਿਆ ਹੈ। ਤੇ ਇੱਕ ਬੇਨਤੀ ਹੈ ਗੁਰੂ ਅਰਜਨ ਦੇਵ ਸਾਹਿਬ ਵੱਲੋਂ, ਸਾਰੇ ਕਰੀਏ, ਸੋ ਸੁਖ ਮੋਹ ਕੋ ਸੰਤ ਬਤਾਵੋ,
ਸੋ ਸੁਖ ਮੋਕੋ ਸੰਤ ਬਤਾਵੋ ਸੋ ਸੁਖ ਖੁੱਲ ਕੇ ਗੁਲ ਕੇ ਸੋ ਸੁਖ ਮੋਕੋ ਸੰਤ ਬਤਾਵੋ ਸੋ ਸੁਖ ਮੋਕੋ ਸੰਤ ਬਤਾਵੋ ਸੋ ਸੁਖ ਤ੍ਰਿਸ਼ਨਾ ਬੁਝੇ ਮਨ ਤ੍ਰਿਪਤਾਵੋ ਤ੍ਰਿਸ਼ਨਾ ਬੁਝੇ ਮਨ ਤ੍ਰਿਪਤਾਵੋ ਤ੍ਰਿਸ਼ਨਾ ਤ੍ਰਿਸ਼ਨਾ ਬੁਝੇ ਮਨ ਤ੍ਰਿਪਤਾਵੋ ਤ੍ਰਿਸ਼ਨਾ ਬੁਝੇ ਮਨ ਤ੍ਰਿਪਤਾਵੋ ਤ੍ਰਿਸ਼ਨਾ ਸੋ ਸੁਖ ਮੋਕੋ ਸੰਤ ਬਤਾਵੋ ਸੋ ਸੁਖ ਮੋਕੋ ਸੰਤ ਬਤਾਵੋ ਸੋ ਹੇ ਸੰਤ ਜਨੋ ਮੈਨੂੰ ਉਹ ਸੁਖ ਦੱਸੋ। ਰਾਜਾ ਹੋ ਕੇ ਵੇਖ ਲਿਆ ਏ, ਬੜਾ ਵੱਡਾ ਲਿਖਾਰੀ ਕਾਗਜ਼ ਤੇ ਲਿਖ ਕੇ ਬਣਨ ਵਾਲਾ ਉਹ ਵੀ ਬਣ ਕੇ ਵੇਖ ਲਿਆ, ਮਗਰ ਮਨ ਨੂੰ ਤ੍ਰਿਪਤੀ ਨਹੀਂ ਆਈ, ਸ਼ਾਂਤੀ ਨਹੀਂ ਆਈ। ਸੋ ਸੁਖ ਮੋਕੋ ਤੇ ਸੰਤ ਨੇ, ਗੁਰੂ ਅਰਜਨ ਦੇਵ ਸਾਹਿਬ ਨੇ ਆਖਿਆ ਆ ਦੱਸਾਂ, ਇਹ ਸ਼ਬਦ ਵੀ ਗੁਰੂ ਅਰਜਨ ਦੇਵ ਸਾਹਿਬ ਦਾ ਹੈ। ਤੇ ਸਰਕਾਰ ਨੇ ਆਖਿਆ ਰਸਨਾ ਬੋਲੋ, ਗੁਣ ਗੋਪਾਲ ਨਿਧ ਗਾਇਣ, ਗੁਣ ਉਸ ਮਾਲਕ ਦੇ ਰਸਨਾ ਗੀਤ ਗਾਵੇ ਕੀ ਮਿਲੂ, ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਪਲਾਇਣ। ਪਲਾਇਣ ਹੁੰਦਾ ਭੱਜ ਜਾਂਦੇ, ਆਖ ਦਿੰਦੇ ਇਸ ਇਲਾਕੇ ਚੋਂ ਫਲਾਣੀ ਕਮਿਊਨਿਟੀ ਪਲਾਇਣ ਕਰ ਗਈ, ਤੁਸੀਂ ਛੋਟੇ ਹੋ, ਇੰਦਰਜੀਤ ਸਾਨੂੰ ਪਤਾ ਹੈ ਇਸ ਇਲਾਕੇ ਦੇ ਵਿੱਚੋਂ ਫਲਾਣੀ ਕਮਿਊਨਿਟੀ ਪਲਾਇਣ ਕਰ ਗਈ ਜੀ, ਭੱਜ ਗਈ, ਕਸ਼ਮੀਰ ਵਿੱਚੋਂ ਕਸ਼ਮੀਰੀ ਪੰਡਿਤ ਪਲਾਇਣ ਕਰ ਗਏ, ਉਹਦਾ ਮਤਲਬ ਕਿ ਭੱਜ ਗਏ। ਮੇਰਾ ਸਾਹਿਬ ਕਹਿੰਦਾ ਰਸਨਾ ਗੁਣ ਗੋਪਾਲ ਗਾਉਣ ਲੱਗ ਪਈ ਤੇ ਤੇਰੀ ਜ਼ਿੰਦਗੀ ਚੋਂ ਕੀ ਭੱਜਣਗੇ, ਦੁੱਖ ਭੱਜਣਗੇ, ਸ਼ਾਂਤੀ ਆਊਗੀ, ਸੁੱਖ ਮਿਲਣਗੇ, ਖੇੜਾ ਮਿਲੂਗਾ ਜੇ ਰਸਨਾ ਨਾਲ ਵਾਹਿਗੁਰੂ 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 ਜਿੰਦੇ ਰਹੋ, ਵਾਹਿਗੁਰੂ ਵਾਹਿਗੁਰੂ ਗੁਰੂ ਦਾ ਕਹਿਆ ਮੰਨੋ, ਵਾਹਿਗੁਰੂ 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 ਇਤਨਾ ਸ਼ਾਂਤੀ ਆਊਗੀ, ਵਾਹਿਗੁਰੂ 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 ਜਿਉਂਦੇ ਰਹੋ, ਆਊਗੀ ਆਊਗੀ, ਗੁਰੂ ਦੀ ਗਰੰਟੀ ਆ, ਪਰਮਜੀਤ ਸਿੰਘ ਕੀ ਚੀਜ਼ ਆ ਤੇ ਤੜਫ ਅਸੀਂ ਸਾਰੇ ਹੀ ਰਹੇ ਹਾਂ। ਵਾਹਿਗੁਰੂ 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 ਵਾਹਿਗੁਰੂ।
ਜਿਉਂਦੇ ਰਹੋ। ਅਕ ਸਤਨਾਮ ਸ੍ਰੀ ਵਾਹਿਗੁਰੂ। ਸ਼ਾਂਤ ਉਂਗਲਾਂ ਤਿਕੜੋ, ਸ਼ਾਂਤ ਸਹਿਜ ਰਹਿਸ ਕਿੱਥੋਂ ਆ ਗਿਆ? ਮਨ ਦੇ ਵਿੱਚੋਂ ਪੈਦਾ ਹੋ ਗਿਆ। ਅੱਗੇ ਮਨ ਦੇ ਵਿੱਚੋਂ ਪਰੇਸ਼ਾਨੀਆਂ ਨਿਕਲਦੀਆਂ ਸੀ, ਮੇਰਾ ਮਨ ਅੱਜ ਬੜਾ ਉਦਾਸ ਆ, ਪਰੇਸ਼ਾਨ ਆ, ਨਾਮ ਜਪਿਆ ਅੱਜ ਮੈਨੂੰ ਬੜਾ ਖੇੜਾ ਹੈ, ਇੱਥੋਂ ਸ਼ੁਰੂ ਹੋ ਗਿਆ। ਮਨ ਵਿੱਚ ਹੀ ਉਦਾਸੀ ਸੀ, ਆਖੋ ਵਾਹਿਗੁਰੂ, ਅਤੇ ਮਨ ਹੀ ਹੁਣ ਖੇੜੇ ਵਿੱਚ ਚਲੇ ਗਿਆ। ਕਾਹਦੇ ਨਾਲ ਜੀ? ਕੀ ਕੀਤਾ? ਨਾਮ ਜਪ ਕੇ, ਆਖੋ ਵਾਹਿਗੁਰੂ। ਰੋਜ਼ ਜਦੋਂ ਹੁਣ ਆਪਾਂ ਕਥਾ ਸੰਪੂਰਨਤਾ ਕਰਨੀ ਹੈ ਅਤੇ ਭਾਈ ਸਾਹਿਬ ਨੇ ਬੋਰਡ 'ਤੇ ਲਿਆਉਣਾ ਹੈ, ਭਾਈ ਸਾਹਿਬ ਨੇ ਪੜ੍ਹਨਾ ਹੈ, ਸੱਚਾ ਨਾਮ ਮੇਰਾ ਆਧਾਰ ਹੋ, ਜਰਾ ਬੋਲਿਓ, ਚੜ੍ਹ ਕੇ ਰਹੋ ਸੰਗੀਤ ਸੁਚੇਤ। ਸੱਚਾ ਨਾਮ ਮੇਰਾ, ਸਾਚ ਨਾਮ ਜਿਨ, ਅੱਗੇ ਪੜ੍ਹੋ, ਕਰ ਸ਼ਾਂਤ। ਸ਼ਾਂਤੀ ਨਹੀਂ ਨਾ ਗਈ, ਕਿਹੜਾ ਭੋਜਨ ਖਾਧਾ, ਕਿਹੜਾ ਆਸਰਾ ਤੱਕਿਆ? ਸੱਚਾ ਨਾਮ ਮੇਰਾ, ਮੈਂ ਆਸਰਾ ਤੱਕ ਲਿਆ ਨਾਮ ਦਾ। ਪਹਿਲੀ ਗੱਲ ਤੇ ਜਿਹੜੀਆਂ ਮੇਰੀਆਂ ਅੱਖਾਂ ਵੀ ਭੁੱਖੀਆਂ ਸੀ ਨਾ, ਉਹ ਵੀ ਰੱਜ ਗਈਆਂ, ਹੁਣ ਸ਼ਾਂਤ ਹੋ ਗਈਆਂ। ਮੇਰੇ ਕੰਨ ਭੁੱਖੇ ਸੀ ਚੁਗਲੀ ਸੁਣਨ ਨੂੰ, ਹੁਣ ਨਹੀਂ ਸੁਣਨ ਨੂੰ ਕਰਦੇ, ਆਖੋ ਵਾਹਿਗੁਰੂ। ਮੇਰੀ ਜੀਭਾ ਕਰਲ ਕਰਲ ਬੋਲੀ ਜਾਂਦੀ, ਨਿੰਦਾ ਚੁਗਲੀ ਦੂਈ ਦਵੈਤ ਕਰੀ ਜਾਂਦੀ, ਹੁਣ ਨਹੀਂ ਬੋਲਦੀ, ਆਖੋ ਵਾਹਿਗੁਰੂ। ਭੁੱਖਾਂ ਗਵਾਚ ਗਈਆਂ, ਇਹ ਮੇਰੀ ਭੁੱਖ ਸੀ ਕਿਤੇ ਮੇਰੀ ਰਸਨਾ ਸ਼ਾਂਤ ਹੋ ਕੇ ਬਹਿ ਜਾਏ, ਇਹ ਮੇਰੀ ਭੁੱਖ ਸੀ ਕਿਤੇ ਮੇਰੀਆਂ ਅੱਖਾਂ ਇੱਧਰ ਉੱਧਰ ਵੇਖਣ ਨੂੰ ਛੱਡ ਕੇ ਇੱਕ ਥਾਂ 'ਤੇ ਟਿਕ ਜਾਣ। ਪਤਾ ਲੱਗ ਰਿਹਾ ਇਹ ਮੇਰੀ ਕੀ ਸੀ? ਨਹੀਂ, ਤੁਹਾਨੂੰ ਨਹੀਂ ਪਤਾ ਲੱਗਾ, ਇਹ ਮੇਰੇ ਅੰਦਰ ਦੀ ਇੱਕ ਭੁੱਖ ਸੀ, ਆਖੋ ਵਾਹਿਗੁਰੂ, ਵੀ ਮੇਰੀਆਂ ਅੱਖਾਂ ਇੱਧਰ ਉੱਧਰ ਨਾ ਵੇਖਣ, ਸਾਈਂ ਦਾ ਰੂਪ ਤੱਕਣ। ਪਤਾ ਲੱਗਾ ਇਹ ਭੁੱਖ ਵੀ ਨਾਮ ਜਪਣ ਦਾ ਸਦਕਾ ਮਿਟ ਗਈ। ਮੇਰੀ ਭੁੱਖ ਸੀ ਮੇਰੇ ਕੰਨ ਕੇਵਲ ਗੁਰਬਾਣੀ ਸੁਣਨ, ਨਾਮ ਜਪਣ ਦਾ ਜਿਨ ਭੁੱਖਾਂ ਇੱਕ ਨਹੀਂ ਦੋ ਨਹੀਂ, ਜਿਨ ਭੁੱਖਾਂ ਸਾਰੀਆਂ ਗਵਾਤੀਆਂ, ਅਤੇ ਸਾਰੀਆਂ ਭੁੱਖਾਂ ਜਦੋਂ ਕਿਸੇ ਦੀਆਂ ਮਿਟ ਜਾਣ ਤਾਂ ਉਹ ਸ਼ਾਂਤ ਹੋ ਕੇ ਬਹਿੰਦਾ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ। ਇਹ ਕਾਹਦੇ ਨਾਲ ਹੋਇਆ? ਸੱਚਾ ਨਾਮ ਮੇਰਾ। ਜਿੱਦਣ ਦਾ ਮੈਂ ਜ਼ਿੰਦਗੀ 'ਚ ਪੈਸੇ ਨੂੰ ਆਸਰਾ ਨਹੀਂ ਬਣਾਇਆ, ਪੁੱਤ ਨੂੰ ਆਸਰਾ ਨਹੀਂ ਬਣਾਇਆ, ਭੈਣ ਨੂੰ ਆਸਰਾ ਨਹੀਂ ਬਣਾਇਆ, ਆਪਣੇ ਸੱਜਣਾਂ ਨੂੰ ਆਸਰਾ ਨਹੀਂ ਬਣਾਇਆ, ਕਿਹਨੂੰ ਆਸਰਾ ਬਣਾ ਲਿਆ? ਆਧਾਰਮਣੇ ਆਸਰਾ। ਇੱਕ ਵਾਰ ਬੋਲੋ ਆਧਾਰਮਣੇ। ਅੱਜ ਤੋਂ ਇਤਨਾ ਆਨੰਦ ਸਾਹਿਬ ਪੜ੍ਹਨਾ, ਮੇਰੀਆਂ ਧੀਆਂ, ਮੇਰੀਆਂ ਵੀਰਾਂ ਗੁਰਸਿੱਖਾਂ ਨੇ ਜਿਹੜਾ ਜਦੋਂ ਇਹ ਪੜ੍ਹਨਾ ਨਾ, ਸੱਚਾ ਨਾਮ ਮੇਰਾ ਆਧਾਰੋ, ਮੇਰੀ ਜ਼ਿੰਦਗੀ ਦਾ ਆਸਰਾ ਕੀ ਆ? ਸੱਚਾ ਨਾਮ। ਅਤੇ ਜਦੋਂ ਆਸਰੇ ਨੂੰ ਲੈ ਕੇ ਤੁਸੀਂ ਤੁਰੋਗੇ, ਨਾਮ ਜਪੋਗੇ, ਆਹ ਸਭ ਕੁਛ ਹੋਊਗਾ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਹਨੇ ਇੱਛਾ, ਸਾਰੀਆਂ ਇੱਛਾ ਪੂਰੀਆਂ ਹੋ ਜਾਣਗੀਆਂ ਜਦੋਂ ਜਪੋਗੇ ਵਾਹਿਗੁਰੂ 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 ਵਾਹਿਗੁਰੂ। ਮੋੜ ਮੋੜ ਕੇ ਨਾਮ ਤੇ ਲਿਆਓ ਆਪਣੇ ਆਪ ਨੂੰ, ਵਾਹਿਗੁਰੂ 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 ਵਾਹਿਗੁਰੂ।
ਗੁਰੂ। ਗੁਰੂ 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 ਆਖੋ ਸਤਨਾਮ ਸ੍ਰੀ ਵਾਹਿਗੁਰੂ। ਸ਼ਬਦ ਤੇ ਫੇਰ ਦਰਸ਼ਨ ਕਰੋ। ਬਹੁ ਰੰਗ ਮਾਇਆ ਬਹੁ ਬਿਦ ਪੇਖੀ, ਬੜੇ ਰੰਗਾਂ ਦੀ ਮਾਇਆ ਬੜੇ ਤਰੀਕਿਆਂ ਨਾਲ ਵੇਖੀ ਲੋਕਾਂ ਕੋਲ ਹੈਗੀ, ਕਿਸੇ ਕੋਲ ਨੇਕ ਨੀਤੀ ਦੀ ਆ, ਕਿਸੇ ਕੋਲ ਬੇਈਮਾਨੀ ਦੀ ਆ। ਆਖੋ ਵਾਹਿਗੁਰੂ। ਬੜੇ ਰੰਗਾਂ ਨਾਲ ਬੜੇ ਤਰੀਕਿਆਂ ਨਾਲ ਬੜੇ ਰੰਗਾਂ ਦੀ ਮਾਇਆ, ਜਵਾਨੀ ਵੀ ਵੇਖੀ, ਇਹ ਵੀ ਮਾਇਆ ਹੈ। ਕੀ ਜਵਾਨੀ ਵੀ, ਇਹ ਵੀ ਇੱਕ ਮਾਇਆ ਸੀ। ਮਾਇਆ ਦੀ ਪਰਿਭਾਸ਼ਾ ਕੀ ਹੈ, ਜੇ ਤੁਸੀਂ ਥੋੜ੍ਹਾ ਜਿਹਾ ਹੋਰ ਟਿੱਕ ਕੇ ਗਹਿਰਾ ਉਤਰੋ, ਮਾਇਆ ਦੀ ਪਰਿਭਾਸ਼ਾ ਨਹੀਂ, ਇੱਥੇ ਹੋਰ ਆ, ਇੱਧਰ ਧਿਆਨ ਦਿਓ। ਆਖੋ ਵਾਹਿਗੁਰੂ। ਜਿਹੜੀ ਇੱਕ ਜਗ੍ਹਾ ਤੇ ਨਾ ਟਿਕੇ, ਮੂਵ ਹੁੰਦੀ ਰਹੇ। ਤੁਸੀਂ ਮੈਨੂੰ ਡਾਲਰ ਦਿੱਤਾ ਹੈ, ਮੈਂ ਜੇਬ 'ਚ ਪਾ ਲਿਆ, ਮੇਰੇ ਕੋਲ ਟਿਕ ਜੂਗਾ, ਸਵੇਰੇ ਮੈਂ ਕਿਤੇ ਤੋਰਨਾ ਹੈ, ਉਹਨੇ ਅੱਗੇ ਕਿਤੇ ਨਹੀਂ ਪਤਾ ਲੱਗਦਾ। ਜਿਹਨੂੰ ਮੈਂ ਦਿੱਤਾ ਦੁਕਾਨਦਾਰ ਨੂੰ, ਉਹਨੇ ਅੱਗੇ ਤੋਰਨਾ ਹੈ। ਜਿਹੜੀ ਇੱਕ ਜਗ੍ਹਾ ਤੇ ਨਾ ਟਿਕੇ ਉਹਨੂੰ ਕਹਿੰਦੇ ਮਾਇਆ। ਤੇ ਸਰੀਰ ਕਦੀ ਬਚਪਨ ਸੀ, ਇਹ ਵੀ ਮਾਇਆ ਹੈ। ਆਖੋ ਵਾਹਿਗੁਰੂ। ਤੁਹਾਡੇ ਲੱਖ ਰੋਕਣ ਦੇ ਬਾਵਜੂਦ ਵੀ ਇਹ ਬੱਚਾ ਨਹੀਂ ਰਿਹਾ, ਇਹ ਜਵਾਨ ਹੋ ਗਿਆ, ਮੂਵ ਹੋ ਗਿਆ, ਨਹੀਂ ਪਤਾ ਲੱਗ ਰਿਹਾ ਕੀ ਹੋ ਗਿਆ, ਮੂਵ ਹੋ ਗਿਆ। ਜਵਾਨੀ ਨੂੰ ਤੁਸੀਂ ਲੱਖ ਵਾਰ ਰੋਕਣ ਦੀ ਕੋਸ਼ਿਸ਼ ਕਰੋ, ਇਹਨੇ ਬਜ਼ੁਰਗ ਹੋਣਾ ਹੀ ਹੋਣਾ, ਮੂਵ ਹੋ ਗਿਆ। ਜਿਹੜੀ ਚੀਜ਼ ਇੱਕ ਜਗ੍ਹਾ ਤੇ ਨਾ ਟਿਕੇ ਉਹਨੂੰ ਕਹਿੰਦੇ ਮਾਇਆ। ਆਖੋ ਵਾਹਿਗੁਰੂ। ਮੇਰੇ ਸਾਹਿਬ ਜੀ ਕਹਿੰਦੇ ਮੈਂ ਬੜੇ ਤਰੀਕਿਆਂ ਦੀ ਬੜੇ ਢੰਗਾਂ ਦੀ ਮਾਇਆ ਵੇਖੀ, ਬਹੁ ਰੰਗ, ਰੰਗ ਮਨੇ ਤਮਾਸ਼ੇ ਮਾਣੇ ਮਾਇਆ ਦੇ, ਬਹੁ ਬਿਦ ਪੇਖੀ, ਬੜੇ ਤਰੀਕਿਆਂ ਦੀ ਵੇਖੀ। ਫਿਰ ਮੈਂ ਆਖਿਆ ਮਾਇਆ ਤੇ ਵੇਖ ਲਈ, ਕਲਮ ਚੁੱਕਾਂ, ਕਾਗਜ਼ ਚੁੱਕਾਂ, ਸਿਆਣਾ ਬਣ ਕੇ ਬੜੇ ਬੜੇ ਸੋਹਣੇ ਲੇਖ ਲਿਖਦਾ, ਰਾਈਟਰ ਬਣ ਜਾ, ਲੋਕਾਂ ਚ ਨਾਮ ਹੋ ਜਾਏ, ਮੈਨੂੰ ਵੀ ਡਿਗਰੀਆਂ ਮਿਲਣ। ਆਖੋ ਵਾਹਿਗੁਰੂ। ਇਹ ਵੀ ਕਰਕੇ ਵੇਖ ਲਈ, ਨਾ ਤਾਂ ਮਾਇਆ ਚੋਂ ਸ਼ਾਂਤੀ ਆਈ ਤੇ ਨਾ ਲਿਖਾਰੀ ਬਣ ਕੇ ਸ਼ਾਂਤੀ ਆਈ। ਆ ਬੜੇ ਸੋਹਣੇ ਬਚਨ ਨੇ, ਬਹੁ ਬਿਦ ਬਹੁ ਰੰਗ ਮਾਇਆ ਬਹੁ ਬਿਦ ਪੇਖੀ ਕਲਮ ਕਾਗਜ਼ ਸਿਆਣਪ ਲੇਖੀ। ਅੱਗੇ ਕਹਿੰਦੇ ਉਹਨੂੰ ਛੱਡ ਕੇ ਫਿਰ ਮਹਿਰ ਮਲੂਕ ਹੋਏ ਦੇਖਿਆ ਖਾਨ, ਬੜਾ ਤਗੜਾ ਜਰਨੈਲ ਬਣ ਕੇ ਵੀ ਵੇਖ ਲਿਆ, ਖਾਨ ਬਣ ਕੇ ਵੀ ਵੇਖ ਲਿਆ, ਮਗਰ ਤਾਂ ਤੇ ਨਾਹੀ, ਸਾਰੇ ਗਾਓ, ਤਾਂ ਤੇ ਨਾਹੀ ਮਨ, ਤਾਂ ਤੇ ਨਾਹੀ। ਇਹ ਸਾਰਾ ਕੁਝ ਕਰਨ ਤੋਂ ਬਾਅਦ ਵੀ ਮਨ ਨੂੰ, ਤੇ ਆ ਬੜੀ ਪੁਕਾਰ ਸੋਹਣੀ ਜੇ ਕਿਤੇ ਹਿਰਦੇ ਚੋਂ ਕਰ ਦਿਓ, ਸੋ ਸੁਖ ਮੋਕੋ ਸੰਤ ਬਤਾਵੋ, ਸੋ ਸੁਖ ਮੋਕੋ ਸੰਤ ਬਤਾਵੋ, ਸੋ ਤ੍ਰਿਸ਼ਨਾ ਬੂਝੈ ਮਨ ਤ੍ਰਿਪਤਾਵੋ, ਤ੍ਰਿਸ਼ਨਾ ਬੂਝੈ ਮਨ ਤ੍ਰਿਪਤਾਵੋ, ਤ੍ਰਿਸ਼ਨਾ ਬੂਝੈ ਮਨ
ਤ੍ਰਿਸ਼ਨਾ ਬੁਝੈ ਹਰ ਕੈ ਨਾਮ। ਵੇਖੋ ਕਿੰਨੇ ਸੋਹਣੇ ਪ੍ਰਮਾਣ ਨੇ ਵੀ ਜੇ ਤੂੰ ਮਨ ਦੀ ਤ੍ਰਿਸ਼ਨਾ ਬੁਝਾਉਣੀ ਚਾਹੁੰਦਾ ਹੈ, ਇਹ ਅੰਦਰ ਜਿਹੜੀ ਤ੍ਰਿਸ਼ਨਾ ਦੀ, ਇਹ ਤ੍ਰਿਸ਼ਨਾ ਵੱਡਾ, ਤ੍ਰਿਸ਼ਨਾ ਨੂੰ ਅੱਗ ਵੀ ਆਖਿਆ ਹੈ। ਜੇ ਤੂੰ ਇਹ ਅੱਗ ਬੁਝਾਉਣੀ ਚਾਹੁੰਦਾ ਹੈ ਤੇ ਇਹਦੇ ਤੇ ਇੱਕੋ ਹੀ ਪਾਣੀ ਪਾਉਣਾ ਪੈਣਾ ਹੀ ਸੱਜਣਾ, ਆਹ ਬਾਲਟੀਆਂ ਪਾ ਪਾ ਕੇ ਵੀ ਤੇਰੀ ਅੱਗ ਨਹੀਂ ਬੁਝਣੀ। ਆਖੋ ਵਾਹਿਗੁਰੂ। ਜੇ ਪਾਣੀ ਦੀਆਂ ਬਾਲਟੀਆਂ ਇਸ ਅੰਦਰਲੀ ਅੱਗ ਉੱਤੇ ਸੁੱਟੇਗਾ ਤੇ ਅੱਗ ਨਹੀਂ ਬੁਝਣੀ। ਤ੍ਰਿਸ਼ਨਾ ਬੁਝੇ ਹਰ ਕੇ ਨਾਮ ਆਖਿਆ, ਹੋਰ ਕੀ ਹੁੰਦਾ? ਕਹਿੰਦੇ ਮਹਾਂ ਸੰਤੋਖ ਹੋਵੇ ਗੁਰ ਬਚਨੀ। ਗੁਰੂ ਦੇ ਬਚਨਾਂ ਦੀ ਕਮਾਈ ਕੀਤਿਆਂ ਸੰਤੋਖ ਨਹੀਂ, ਮਹਾਂ ਸੰਤੋਖ ਹੋਵੇ ਗੁਰ ਬਚਨੀ। ਮਹਾਰਾਜ ਹੋਰ ਕੀ ਹੁੰਦਾ? ਫਿਰ ਸੰਤੋਖ ਆ ਜਾਂਦਾ, ਬਹੁਤ ਸੰਤੋਖ ਆ ਜਾਂਦਾ, ਹੋਰ ਕੀ ਹੁੰਦਾ? ਕਹਿੰਦੇ ਪ੍ਰਭ ਸਿਉ ਲਾਗੇ ਪੂਰਨ ਧਿਆਨ, ਪ੍ਰਭ ਸਿਉ ਲਾਗੇ ਪੂਰਨ ਧਿਆਨ, ਪ੍ਰਭ ਸਿਉ ਇੱਕ ਸ਼ਬਦ ਕਲੋਲਾਂ ਕਰਨੀਆਂ। ਇਹਦੇ ਕੋਲ ਪੈਸੇ ਆ ਗਏ ਨੇ ਬੜੀਆਂ ਅੱਜ ਕੱਲ ਤੇ ਮੇਰਾ ਬਾਬਾ ਕਹਿੰਦਾ ਨਾਮ ਜਪ ਕੇ ਵੇਖੀ ਮਹਾਂ ਕਲੋਲ ਬੁਝੇ ਮਾਇਆ ਕੇ। ਮਾਇਆ ਦੀਆਂ ਵੀ ਖੇਡਾਂ ਲੋਕੀ ਖੇਡਦੇ ਜੇ, ਕੋਈ ਤਰ੍ਹਾਂ ਤਰ੍ਹਾਂ ਦੀਆਂ ਸੋਹਣੀਆਂ ਗੱਡੀਆਂ ਤੇ ਘੁੰਮ ਰਿਹਾ, ਉਹ ਵੀ ਮਾਇਆ ਦੀ ਖੇਡ ਆ। ਆਖੋ ਵਾਹਿਗੁਰੂ। ਕੋਈ ਰੰਗ ਤਮਾਸ਼ੇ ਕਰ ਰਿਹਾ, ਵੱਡੇ ਘਰ ਬਣਾ ਰਿਹਾ ਹੈ, ਵੱਡੇ ਕਾਰੋਬਾਰ ਖੋਲ੍ਹ ਕੇ ਬੈਠਾ ਹੈ, ਸਾਰੇ ਮਾਇਆ ਦੇ ਕਲੋਲ ਨੇ। ਕਲੋਲ ਸ਼ਬਦ ਸਮਝਦੇ ਹੋ ਨਾ, ਖੇਡਾਂ ਕਰਨੀਆਂ। ਕਹਿੰਦੇ ਇਹ ਨਾਮ ਦਾ ਸਦਕਾ ਮਹਾਂ ਕਲੋਲ ਬੁਝੇ ਮਾਇਆ ਕੇ, ਕਰ ਕਿਰਪਾ ਮੇਰੇ ਦੀਨ ਦਿਆਲ। ਬੋਲੋ ਹੱਥ ਜੁੜ ਕੇ ਭਲਾ, ਮਹਾਂ ਕਲੋਲ ਬੁਝੇ ਕਰ ਕਿਰਪਾ ਮੇਰੇ, ਹੇ ਮੇਰੇ ਦੀਨ ਦਿਆਲ। ਵਾਹਿਗੁਰੂ, ਜਿਹੜੇ ਮੇਰੇ ਅੰਦਰ ਬੜੀਆਂ ਕਲੋਲਾਂ ਹੋਣ ਡਈਆਂ ਨੇ ਨਾ ਮਾਇਆ ਦੇ ਪੁਰਨਿਆਂ ਦੀਆਂ, ਇਹਨਾਂ ਨੂੰ ਅੰਦਰੋਂ ਬੁਝਾ ਦੇ, ਬੰਦ ਕਰ ਦੇ ਆਪਣਾ ਨਾਮ ਦੇ। ਬੋਲੋ ਜਪ ਜੀਵਾ ਜਪ, ਪੂਰਨ ਹੋਏ ਦਾਸ ਕੀ ਕਾਲ, ਪੂਰਨ ਹੋਏ ਸੋ ਸੁਖ ਮੋਕੋ ਸੰਤ ਬਤਾਵੋ, ਸੋ ਸੁਖ ਮੋਕੋ ਸੰਤ ਬਤਾਵੋ, ਸੋ ਫਿਰ ਸੰਤਨ ਮੋਕੋ ਪੂੰਜੀ ਸੌਂਪੀ। ਪੂੰਜੀ ਇੱਕ ਪੈਸਾ ਬਖਸ਼ਿਆ, ਪੂੰਜੀ ਬਖਸ਼ੀ ਤਾਂ ਉਤਰਿਆ ਮਨ ਕਾ ਧੋਖਾ, ਸਾਰੇ ਧੋਖੇ ਦੂਰ ਹੋ ਗਏ। ਮੈਨੂੰ ਕੀ ਧੋਖਾ ਸੀ, ਸ਼ਾਇਦ ਪੈਸੇ ਕਰਕੇ ਸੁਖੀ ਹੋਈ ਦਾ। ਆਖੋ ਵਾਹਿਗੁਰੂ। ਇੱਕ ਵਾਰ ਦੱਸੋ ਮੈਂ ਕੀ ਕਿਹਾ, ਮੈਨੂੰ ਕੀ ਧੋਖਾ ਸੀ, ਮੇਰੇ ਮਨ ਨੂੰ ਕੀ ਧੋਖਾ ਸੀ ਵੀ ਜਿਨ੍ਹਾਂ ਲੋਕਾਂ ਕੋਲ ਬਹੁਤ ਦੌਲਤ ਆ ਉਹ ਬੜੇ ਸੁਖੀ ਨੇ। ਮੇਰੇ ਮਾਲਕ ਨੇ ਸੰਤਨ ਨੇ, ਸੰਤਨ ਸ਼ਬਦ ਆਇਆ, ਸੰਤ ਨਹੀਂ ਸੰਤਨ, ਸੰਤਨ ਮੀਨਸ ਬਹੁਵਾਚਕ, ਬਹੁਵਾਚਕ ਹੀ ਪੰਜ ਪਿਆਰੇ। ਆਖੋ ਵਾਹਿਗੁਰੂ। ਪੰਜ ਪਿਆਰੇ ਸਾਹਿਬਾਨਾਂ ਨੇ ਮੈਨੂੰ ਇੱਕ ਪੂੰਜੀ ਬਖਸ਼ੀ, ਕਿਹੜੀ? ਵਾਹਿਗੁਰੂ ਨਾਮ ਦੀ। ਤਾਂ ਉਤਰਿਆ ਮਨ ਕਾ ਧੋਖਾ, ਅੱਗੇ ਤੇ ਬੜੀ ਨਿਰਭਉ ਹੋਈ ਨੇ, ਆਖਿਆ ਧਰਮ ਰਾਏ ਅਬ ਕਹਾਂ ਕਰੇਗੋ, ਕੋਈ ਫਿਕਰ ਨਹੀਂ ਗਾ ਮੈਨੂੰ ਹੁਣ ਕਾਹਦਾ, ਧਰਮ ਰਾਏ ਦਾ ਜੋ ਫਾਟਿਓ ਸਗਲੋ। ਮਹਾਂ ਆਨੰਦ ਪਿਆ ਸੁਖ ਪਾਇਆ ਸੰਤਨ ਕੇ ਪ੍ਰਸਾਦੇ, ਕਹੋ ਨਾਨਕ ਹਰ ਸਿਉ ਮਨ ਮਾਨਿਆ ਰੰਗ ਰਤੇ ਬਿਸਮਾਦੇ। ਜੀਵ ਆਤਮਾ ਬਿਸਮਾਦ ਵਿੱਚ ਚਲੇਗੀ, ਰੰਗ ਵਿੱਚ ਚਲੇਗੀ। ਅੱਗੇ ਇਹਨਾਂ ਰੰਗਾਂ ਦੀ ਗੱਲ ਕੀਤੀ ਆ,
ਤੇ ਮੇਰੇ ਸਤਿਗੁਰੂ ਨੇ ਆਖਿਆ ਕਾਗਜ਼ ਕਲਮ ਚੁੱਕਣ ਵਾਲਿਆ, ਬਾਬੇ ਨਾਨਕ ਨੇ ਇੱਕ ਪੰਡਿਤ ਨੂੰ ਕਿਹਾ ਬੜਾ ਵੱਡਾ ਲਿਖਾਰੀ ਹੈ, ਆਖੋ ਵਾਹਿਗੁਰੂ ਬਾਪੂ ਮੈਂ ਬੜੇ ਬੜੇ ਵੱਡੇ ਲੇਖ ਲਿਖੇ ਗੁਰੂ ਨਾਨਕ ਸਾਹਿਬ ਨੂੰ ਲਿਖਾਰੀ ਕਹਿੰਦਾ, ਜਗਤ ਗੁਰੂ ਨਾਨਕ ਸਾਹਿਬ ਨਾਲ ਬਚਨ ਹੋਣ ਡੈ, ਬੜੇ ਗ੍ਰੰਥ ਲਿਖੇ ਸੀ ਉਹਨੇ ਬਨਾਰਸ ਦੇ ਵਿੱਚ ਮਿਲਿਆ ਬਾਪੂ ਨੂੰ, ਆਖੋ ਵਾਹਿਗੁਰੂ ਕਿੱਥੇ? ਤੇ ਮੇਰਾ ਬਾਬਾ ਕਹਿੰਦਾ ਇੰਨਾ ਲਿਖਣ ਨਾਲੋਂ ਤਿੰਨ ਗੱਲਾਂ ਲਿਖ ਦਿੰਦੋ, ਸੁਣਿਓ ਜੀ ਕਿੰਨੀਆਂ? ਆਂਦਾ ਕੀ ਲਿਖਾਂ? ਕਹਿੰਦੇ ਲਿਖ ਨਾਮ ਕਾਗਜ਼ ਤੇ, ਵਾਹਿਗੁਰੂ ਸ਼ਬਦ ਲਿਖਦੇ ਆ, ਪਤਾ ਲੱਗ ਗਿਆ ਸਾਰਾ ਕੁਝ ਲਿਖਣ ਨਾਲੋਂ ਉਹ ਕਾਗਜ਼ ਤੇ ਕੀ ਲਿਖਦੇ? ਲਿਖ ਨਾਮ, ਤੇ ਉਹ ਵਾਹਿਗੁਰੂ ਨਾਮ ਲਿਖ ਕੇ ਫਿਰ ਸਾਰਾ ਜੀਵਨ ਉਹਦੀ ਸਿਫਤ ਲਿਖੀ ਜਾ, ਲਿਖ ਨਾਮ ਸਲਾਹ ਲਿਖ, ਉਹਦੀ ਸਿਫਤ ਸਲਾਹ ਕਰ, ਕਾਹਦੀ? ਵਾਹਿਗੁਰੂ ਦੀ, ਤੇ ਸਾਰਾ ਜੀਵਨ ਉਹਦੇ ਬਾਰੇ ਕਾਗਜ਼ ਭਰ ਭਰ ਕੇ ਕਹਿ ਕਹਿ ਕੇ, ਤੇ ਪਿੱਛੋਂ ਕਿਤੇ ਕਹਿ ਨਾ ਦੇਈ ਮੈਂ ਲਿਖਦਾ ਹੈ। ਲਿਖ ਨਾਮ ਸਲਾਹ ਲਿਖ, ਤੇ ਪਿੱਛੇ ਤੀਸਰੇ ਤੇ ਲਿਖੀ ਲਿਖ ਅੰਤ ਨਾ ਪਾਰਾਵਾਰ, ਇਸ ਵਾਹਿਗੁਰੂ ਦਾ ਕੋਈ ਅੰਤ ਪਾਰ ਨਹੀਂ, ਜਾ ਤੇਰਾ ਪਾਰ ਉਤਾਰਾ ਹੋ ਜੂਗਾ, ਇਹ ਗ੍ਰੰਥ ਗ੍ਰੰਥ ਲਿਖਣ ਨਾਲ ਤੇਰਾ ਭਲਾ ਨਹੀਂ ਹੋਣਾ। ਤਿੰਨ ਸ਼ਬਦ ਲਿਖ ਦੇ, ਇੱਕ ਵਾਰ ਰਿਪੀਟ ਕਰ ਲਓ, ਸਮਾਪਤੀ ਕਰਾਂ, ਲਿਖ ਨਾਮ, ਬੋਲੋ ਤੁਸੀਂ ਵੀ ਆਪਣੀ ਸੁਰਤ ਦੇ ਉੱਤੇ ਵਾਹਿਗੁਰੂ ਸ਼ਬਦ ਲਿਖ ਦਿਓ, ਤੇ ਸਾਰਾ ਜੀਵਨ ਫਿਰ ਵਾਹਿਗੁਰੂ ਦੀ ਉਸਤਤ ਕਰਦੇ ਰਹਿਣਾ, ਤੇ ਐਂਡ ਤੇ ਜਾ ਕੇ ਕਹਿਣਾ ਨਾ ਮੈਂ ਉਹਦੀ ਸਿਫਤ ਕਰਤੀ ਆ, ਐਂਡ ਤੇ ਜਾ ਕੇ ਹੱਥ ਜੋੜ ਕੇ ਕਿਹੋ ਅੰਤ ਨਾ ਪਾਰਾਵਾਰ, ਇਸ ਵਾਹਿਗੁਰੂ ਸ਼ਬਦ ਦਾ ਕੋਈ ਅੰਤ ਪਾਰਾਵਾਰ ਨਹੀਂ। ਜਿੰਨਾ ਮੈਂ ਕਿਹਾ ਇਹ ਬਹੁਤ ਥੋੜਾ ਹੈ, ਮੇਰੇ ਸਾਹਿਬ ਦੀ ਉਸਤਤ ਬਹੁਤ ਜ਼ਿਆਦਾ ਹੈ। ਅਲੇਖ ਹੈ, ਅਭੇਖ ਹੈ, ਅਨਾਮ ਹੈ, ਅਕਾਮ ਹੈ, ਕਿੱਥੋਂ ਤੱਕ ਕੋਈ ਲੇਖਾ ਨਹੀਂ ਮੇਰੇ ਬਾਪੂ ਦੀ ਸਿਫਤ ਦਾ। ਸਤਿਗੁਰੂ ਕਿਰਪਾ ਕਰੇ, ਅੰਮ੍ਰਿਤ ਛਕਣਾ ਮੇਰੇ ਭੈਣ ਭਰਾਵਾਂ ਨੇ, ਰਾਤ ਦਾ ਦੀਵਾਨ ਕੱਲ੍ਹ ਦਾ ਇੱਕ ਰਹਿ ਗਿਆ, ਪਰਸੋਂ ਦਿਨ ਦਾ ਦੀਵਾਨ ਕਰਕੇ ਤੁਹਾਡੇ ਕੋਲੋਂ ਅਸੀਸ ਲੈਣੀ ਆ। ਮੇਰੀਆਂ ਭੁੱਲਾਂ ਨਾ ਚਿਤਾਰਿਓ, ਕੁਛ ਗੱਲਾਂ ਹੁੰਦੀਆਂ ਜਿਹੜੀਆਂ ਤਾਲਮੇਲ ਨਹੀਂ ਬਹਿੰਦਾ, ਆਖੋ ਵਾਹਿਗੁਰੂ, ਉਹਨਾਂ ਨੂੰ ਚਿਤਾਰੀ ਦਾ ਨਹੀਂ ਹੁੰਦਾ। ਸਤਸੰਗਤ ਹੁੰਦੀ ਰੱਬ ਰੂਪ, ਕੀ ਹੁੰਦੀ ਹੈ ਆਪਾਂ ਕੀ ਕਹਿੰਦੇ ਹਾਂ, ਵਿੱਚ ਸੰਗਤ ਧਰ ਪ੍ਰਭ, ਤੇ ਪਰਮੇਸ਼ਰ ਕਿਸੇ ਨੂੰ ਸਜ਼ਾ ਨਹੀਂ ਦਿੰਦਾ, ਪਰਮੇਸ਼ਰ ਬਖਸ਼ੰਦ ਹੈ। ਤੁਸੀਂ ਸੰਗਤ ਰੂਪ ਵਿੱਚ ਵੀ ਜੇ ਮੇਰੇ ਕੋਲੋਂ ਤੁਹਾਨੂੰ ਕੁਝ ਗਲਤੀਆਂ ਲੱਗੀਆਂ ਹਜ਼ੂਰੀ ਚ ਵਿਚਰਦਿਆਂ, ਤੇ ਉਹਨਾਂ ਨੂੰ ਮੁਆਫ਼ੀ ਕਰਿਓ, ਤੁਹਾਡਾ ਸੁਭਾਅ ਹੈ। ਅੰਮ੍ਰਿਤ ਛਕਣ ਦਾ ਮਨ ਬਣਾਓ, ਜਦੋਂ ਕਦੀ ਅੰਮ੍ਰਿਤ ਦਾ ਵਾਟਾ ਤਿਆਰ ਹੋਵੇ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਬੁਰਾ, ਨਗੁਰੇ ਬੰਦੇ ਦਾ ਤੇ ਨਾਂ ਲੈਣਾ ਵੀ ਮਾੜਾ ਹੈ, ਤੇ ਗੁਰੂ ਵਾਲਾ ਸਿੱਖ ਉਦਨ ਬਣਦਾ ਜਦੋਂ ਪੰਜੇ ਨੂੰ ਅੰਮ੍ਰਿਤ ਦੀ ਦਾਤ ਦਿੰਦੇ ਨੇ, ਗੁਰਮੰਤਰ ਦਿੰਦੇ ਨੇ, ਮੂਲ ਮੰਤਰ ਦਿੰਦੇ ਆ। ਸਤਿਗੁਰੂ ਤੁਹਾਡਾ ਸਾਰਿਆਂ ਦਾ ਭਲਾ ਕਰੇ, ਕੱਲ੍ਹ ਨੂੰ ਫਿਰ ਆਇਓ, ਪਰਸੋਂ ਫਿਰ ਆਇਓ, ਆਪਾਂ ਸ਼ਬਦ ਦੇ ਅਗਲੇ ਰਹਿੰਦੇ ਹਿੱਸੇ ਦੀ ਵਿਚਾਰ ਕਰਕੇ ਤੁਹਾਡੇ ਤੋਂ ਅਸੀਸਾਂ ਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।